सुल्तान मल्टीमीडिया 786 चैनल नाल जुड़ियां सारियां संगतां नूं जय पीरां दी। अज दी वीडियो विच आपां गल करांगे कि सानू लख दाता लालां वाली सरकार जी दी की कोई सुखना सुखनी चाहीदी आ जां सानू कोई भी सुखना क्यों नहीं सुखनी चाहीदी। सो हथ जोड़ के बेनती है इस वीडियो नूं पूरा जरूर देखियो ते इस चैनल नूं भी जरूर सबसक्राइब करियो। पीरां दी प्यारी साध संगत जी, इस धरती ते अनेकां ही पीर होए आ जिन्हां दे विचों लख दाता लालां वाली सरकार जो कि अल्लाह ताला दे कहिंदे हन कि वजीर आ, पंजवां रसूल आ, जिन्हां दा रुतबा बहुत ही आला है। ऐसी कोई मुराद, ऐसी कोई इच्छा, ऐसी कोई भी तमन्ना नहीं आ जिहड़ी लख दाता लालां वाली सरकार पूरी नहीं कर सकदे। ਉਹ ਮੁਰਦਿਆਂ 'ਚ ਜਾਨਾਂ ਪਾ ਸਕਦੇ ਆ, ਮਾਵਾਂ ਨੂੰ ਪੁੱਤ ਭੈਣਾਂ ਨੂੰ ਵੀਰ ਦੇ ਸਕਦੇ ਆ, ਮੱਝੀਆਂ ਦਾ ਦੁੱਧ ਪਿਲਾ ਸਕਦੇ ਆ, ਕੱਛੂਆਂ ਵਿੱਚ ਜਾਨ ਪਾ ਸਕਦੇ ਆ, ਡੁੱਬੇ ਹੋਏ ਬੇੜੇ ਤਾਰ ਸਕਦੇ ਆ, ਰੋਹੀ ਵਾਲੀ ਹਰਨੀ ਦਾ ਵਿਛੜਿਆ ਵਕਤ ਮਿਲਾ ਸਕਦੇ ਆ, ਸੁੱਕੀਆਂ ਜਾਂਦੀਆਂ ਬੇਲਾਂ ਨੂੰ ਫਲ ਲਾ ਸਕਦੇ ਆ, ਉਹ ਕੁਝ ਵੀ ਕਰ ਸਕਦੇ ਆ। ਐਸੀ ਉੱਚੀ ਸ਼ਾਨ ਹੈ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਜੀ ਦੀ। ਨਿਗਾਹੇ ਵਾਲਾ ਪੀਰ ਜਿਨ੍ਹਾਂ ਦੀ ਆਪਾਂ ਜਿੰਨੀ ਸਿਫਤ ਕਰੀਏ ਉਨੀ ਹੀ ਥੋੜ੍ਹੀ ਆ। ਸਾਡੇ ਵਰਗੇ ਕਲਯੁਗੀ ਜੀਵ ਤਾਂ ਆਪਣੀ ਜ਼ੁਬਾਨ ਨਾਲ ਉਹਨਾਂ ਦੀ ਸਿਫਤ ਵੀ ਨਹੀਂ ਕਰ ਸਕਦੇ। ਜੇਕਰ ਉਹਨਾਂ ਦੀ ਸਿਫਤਾਂ ਕਰਨ ਲੱਗੀਏ ਤਾਂ 100 ਜਨਮ ਵੀ ਥੋੜ੍ਹਾ ਆ। ਇੰਨੀ ਸਿਫਤਾਂ ਵਾਲੇ, ਇੰਨੀਆਂ ਉੱਚੀਆਂ ਸ਼ਾਨਾਂ ਵਾਲੇ ਹਨ ਲੱਖ ਦਾਤਾ ਲਾਲਾਂ ਵਾਲੀ ਸਰਕਾਰ। ਬਹੁਤ ਦੁਨੀਆ ਇਹਨਾਂ ਤੋਂ ਸੁੱਖਾਂ ਸੁੱਖ ਦੀ ਆ ਮੰਗਦੀ ਆ, ਪੀਰ ਪੂਰੀਆਂ ਵੀ ਕਰਦੇ ਆ। ਪਰ ਤੁਸੀਂ ਇੱਕ ਗੱਲ ਕਦੀ ਨਾ ਕਦੀ ਪੁਰਾਣੇ ਬਜ਼ੁਰਗਾਂ ਤੋਂ ਜ਼ਰੂਰ ਸੁਣੀ ਹੋਵੇਗੀ, ਦੇਣਾ ਜੱਟ ਦਾ ਸੁੱਖ ਸੁਲਤਾਨ ਦੀ, ਦੇਣਾ ਜੱਟ ਦਾ, ਕਦੇ ਨਾ ਭੁੱਲੋ। ਸਭ ਤੋਂ ਪਹਿਲੀ ਗੱਲ, ਜਿਹੜੇ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਨੂੰ ਮੰਨਦੇ ਆ ਉਹਨਾਂ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਜਿਹੜੇ ਸੱਚੀ ਨੀਤ ਦੇ ਨਾਲ ਦਿਲੋਂ ਲੱਖ ਦਾਤਾ ਪੀਰ ਜੀ ਨੂੰ ਮੰਨਦੇ ਆ, ਸਭ ਕੁਛ ਉਹਨਾਂ ਤੋਂ ਬਾਰੀ ਬੈਠੇ, ਆਪਣਾ ਤਨ ਮਨ ਧਨ ਉਹਨਾਂ ਦੇ ਨਾਮ ਲਾਈ ਬੈਠੇ ਆ, ਉਹਨਾਂ ਨੂੰ ਤਾਂ ਮੰਗਣ ਦੀ ਲੋੜ ਨਹੀਂ। ਪੀਰ ਸਮੇਂ 'ਤੇ ਉਹਨਾਂ ਦੀ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ, ਉਹਨਾਂ ਨੂੰ ਹਰ ਮੁਸ਼ਕਿਲ ਪਰੇਸ਼ਾਨੀ ਤੋਂ ਬਚਾਉਂਦੇ ਆ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਸੁੱਖ ਸੁੱਖੋ, ਜੇ ਤੁਸੀਂ ਲੱਖ ਦਾਤਾ ਪੀਰ ਜੀ ਦੀ ਸੁੱਖ ਸੁੱਖਣੀ ਚਾਹੁੰਦੇ ਆ। ਪਰ ਇੱਕ ਗੱਲ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖਿਓ, ਜਿਵੇਂ ਕਹਿੰਦੇ ਹਨ ਕਿ ਦੇਣਾ ਜੱਟ ਦਾ, ਅਸੀਂ ਜੇ ਕਿਸੇ ਜੱਟ ਦਾ ਦੇਣਾ ਹੋਵੇ ਤਾਂ ਉਹ 7 ਪੀੜ੍ਹੀਆਂ ਵੀ ਨਹੀਂ ਭੁੱਲਦਾ, ਉਹ ਲੈ ਲੈਂਦਾ ਹੈ। ਇਸੇ ਤਰ੍ਹਾਂ ਹੀ ਸੁਲਤਾਨ ਦੇ ਸੁੱਖ, ਲੱਖ ਦਾਤਾ ਪੀਰ ਜੀ ਦੀ ਸੁੱਖ, ਅੱਬਲ ਤਾਂ ਸੁੱਖੋ ਨਾ, ਜੇ ਸੁੱਖ ਲਈ ਆ ਤਾਂ ਉਹਨੂੰ ਭੁੱਲੋ ਨਾ। ਜਿਹੜੇ ਭੁੱਲ ਜਾਂਦੇ ਆ ਉਹ ਫਿਰ ਜ਼ਿੰਦਗੀ ਵਿੱਚ ਬਹੁਤ ਪਛਤਾਉਂਦੇ ਆ, ਕਿਉਂਕਿ ਪੀਰ ਦਿੰਦਾ ਵੀ ਬੇਅੰਤ ਆ ਅਤੇ ਖੋਣ ਲੱਗਾ ਵੀ ਮਿੰਟ ਹੀ ਲਾਉਂਦਾ ਆ। ਇਸ ਕਰਕੇ ਜੇਕਰ ਤੁਸੀਂ ਸੁੱਖ ਸੁੱਖੀ ਆ ਤਾਂ ਉਹਨੂੰ ਸਮੇਂ ਸਿਰ ਜ਼ਰੂਰ ਦੇ ਦਿਓ, ਨਹੀਂ ਤਾਂ ਫਿਰ ਇਹ ਬਹੁਤ ਤੰਗ ਕਰਦੇ ਆ, ਆਪਣੇ ਸੁੱਖੇ 7ਵੀਂ ਪੀੜ੍ਹੀ ਤੋਂ ਵੀ ਲੈ ਲੈਂਦੇ ਆ। ਜੇਕਰ ਇਹ ਜ਼ਿਆਦਾ ਗੁੱਸੇ ਹੋ ਜਾਣ, ਜ਼ਿਆਦਾ ਨਾਰਾਜ਼ ਹੋ ਜਾਣ ਤਾਂ ਫਿਰ ਪੁੱਛਾਂ ਵਿੱਚ ਵੀ ਨਹੀਂ ਆਉਂਦੇ, ਪਤਾ ਵੀ ਨਹੀਂ ਲੱਗਦਾ ਕਿ ਸਾਡੇ ਘਰ ਦੇ ਵਿੱਚ ਕੀ ਗਲਤੀ ਹੋ ਗਈ ਆ, ਅਸੀਂ ਕਾਹਤੇ ਦੁਖੀ ਹਾਂ। ਇਸ ਕਰਕੇ ਕਹਿੰਦੇ ਆ ਕਿ ਸੁਲਤਾਨ ਦੀ ਸੁੱਖ ਕਦੇ ਨਾ ਸੁੱਖੋ, ਜੇ ਸੁੱਖੀ ਆ ਤਾਂ ਉਹਨੂੰ ਸਮੇਂ ਸਿਰ ਜ਼ਰੂਰ ਦੇ ਦਿਓ, ਜਿੰਨੀ ਸੁੱਖੀ ਆ ਉਨੀ ਹੀ ਦਿਓ ਤਾਂ ਪੀਰ ਖੁਸ਼ ਰਹਿੰਦੇ ਆ। ਇਸ ਕਰਕੇ ਸੁੱਖ ਸੁੱਖਣੀ ਆ ਤਾਂ ਉਹਨੂੰ ਜ਼ਰੂਰ ਦਿਓ, ਅੱਬਲ ਤਾਂ ਸੁੱਖਾਂ ਦੀ ਲੋੜ ਨਹੀਂ। ਪੀਰ ਬਿਨ ਮੰਗਿਆ, ਬਿਨ ਦੱਸਿਆ, ਬਿਨ ਬੋਲਿਆ ਹੀ ਸਭ ਕੁਛ ਬੁੱਝ ਲੈਂਦਾ ਹੈ। ਬਸ ਤੁਸੀਂ ਸੱਚੀ ਨੀਤ ਦੇ ਨਾਲ ਉਹਨਾਂ ਦੀ ਸਿੱਧੇ ਹੋ ਕੇ ਸੇਵਾ ਕਰਦੇ ਰਹੋ, ਉਹਨਾਂ ਦੇ ਚਿਰਾਗ ਕਰਦੇ ਰਹੋ, ਬੰਦਗੀ ਇਬਾਦਤ ਕਰਦੇ ਰਹੋ ਅਤੇ ਪੀਰ ਆਪਣੇ ਆਪ ਹੀ ਦਿੰਦੇ ਰਹਿੰਦੇ ਆ। ਪਰ ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਿਆਦਾ ਜ਼ਰੂਰੀ, ਜਲਦੀ ਲੋੜ ਆ, ਸੁੱਖ ਸੁੱਖ ਲਓ, ਪਰ ਉਹਨੂੰ ਦਿਓ ਜ਼ਰੂਰ, ਨਹੀਂ ਤਾਂ ਇਹ 7ਵੀਂ ਪੀੜ੍ਹੀ ਤੋਂ ਵੀ ਲੈ ਲੈਂਦੇ ਆ, ਫਿਰ ਬਹੁਤ ਤੰਗ ਕਰਦੇ ਆ। ਇਸ ਕਰਕੇ ਕਿਹਾ ਜਾਂਦਾ ਹੈ ਸੁੱਖ ਸੁਲਤਾਨ ਦੀ, ਦੇਣਾ ਜੱਟ ਦਾ, ਇਹ ਕਦੇ ਨਹੀਂ ਛੱਡਦੇ, ਇਹ ਜ਼ਰੂਰ ਲੈਂਦੇ ਆ। ਸੁਲਤਾਨ ਪੀਰ, ਲੱਖ ਦਾਤਾ ਪੀਰ ਆਪਣੀ ਸੁੱਖ ਕਦੇ ਨਹੀਂ ਛੱਡਦੇ, ਇਹ ਜ਼ਰੂਰ ਲੈਂਦੇ ਆ, ਜ਼ਰੂਰ ਲੈਂਦੇ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ। ਸੋ ਇਹ ਸਾਡੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਜੇ ਸੁੱਖ ਸੁੱਖੀ ਆ ਤਾਂ ਉਹਨੂੰ ਜ਼ਰੂਰ ਦਿਓ, ਟਾਲ ਮਟੋਲਾ ਨਾ ਕਰਿਓ, ਚਾਹੇ ਥੋੜ੍ਹਾ ਕਰਿਓ ਪਰ ਕਰਿਓ ਜ਼ਰੂਰ। ਅਤੇ ਪੀਰ ਫਿਰ ਧੰਨ ਧੰਨ ਕਰਵਾ ਦਿੰਦਾ ਹੈ, ਬਹਾਰਾਂ ਲਾ ਦਿੰਦਾ ਹੈ, ਬਿਨ ਮੰਗਿਆ ਹੀ ਸਭ ਕੁਛ ਝੋਲੀ ਦੇ ਵਿੱਚ ਪਾ ਦਿੰਦਾ ਹੈ।
ये पीर बहुत कौड़े भी आ ते बहुत ज़्यादा मिठे भी आ बहुत ज़्यादा रहम दिल भी आ जेड़ा इन्हां मूहरे अड़ी करदा उन्हू तारे भी दिखा देंदे आ ते जेड़ा इन्हां मूहरे निभ जांदा उन्हू जन्नत दिखा देंदे आ धन धन करवा देंदे आ इसे करके तां कहिंदे आ इह लखां दा दाता आ जे बिगड़ जावे छड़दा कख नहीं ते जे रहम हो जावे सतकुला तार दिंदा ये तो सत सतकुला नू तार दिंदे आ जे रहम हो जावे पर जे बिगड़ जान ते फिर यह सत सत पीढ़ियां नू जाड़ के छड़ दिंदे आ इदां दे सख्त पीर आ सो इस गल ते गौर जरूर करियो अपनी सुख समय सिर दिंदे रहो पीर तुहानू कदे कोई तंगी नहीं आउण देणगे कदे कोई परेशानी नहीं आउण देणगे सो इस वीडियो नू वध तो वध शेयर करियो थोड़ा पीरो मुर्शद थोड़ी हर इच्छा पूरी करे आमीन।